ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਸ ਪਾਵਨ ਪਵਿੱਤਰ ਧਰਤੀ 'ਤੇ ਪੰਥ ਖਾਲਸਾ ਪ੍ਰਗਟ ਕੀਤਾ, ਔਰ ਉਦੋਂ ਤੋਂ ਲੈ ਕੇ ਹੀ ਸਮੁੱਚਾ ਖਾਲਸਾ ਪੰਥ ਇਸ ਪਾਵਨ ਧਰਤੀ 'ਤੇ ਇਹ ਪਾਵਨ ਪਵਿੱਤਰ ਦਿਹਾੜਾ ਪੰਥ ਦਾ ਜੋ ਸਾਜਣਾ ਦਿਵਸ ਹੈ ਬਹੁਤ ਹੀ ਵੱਧ ਚੜ੍ਹ ਕੇ ਬੜੇ ਚਾਅ ਦੇ ਨਾਲ ਮਨਾਉਂਦਾ ਆ ਰਿਹਾ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਹ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ। ਇਸ ਵਾਰ ਇਸ ਪਾਵਨ ਪਵਿੱਤਰ ਧਰਤੀ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ, ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ, ਇਹਨਾਂ ਨੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਵਿਸਤਾਰ ਸਿਖਲਾਈ ਕੈਂਪ 10 ਤਰੀਕ ਤੋਂ ਇਸ ਥਾਂ 'ਤੇ ਲਾਇਆ ਹੋਇਆ, ਔਰ 10 ਤਰੀਕ, 11 ਤਰੀਕ ਔਰ 12 ਤਰੀਕ ਨੂੰ ਵਿਸਤਾਰ ਦੀ ਸਿਖਲਾਈ ਦਿੱਤੀ ਗਈ, ਔਰ ਅੱਜ 13 ਤਰੀਕ ਨੂੰ ਜੋ ਫਾਈਨਲ ਮੁਕਾਬਲੇ ਨੇ ਬੱਚਿਆਂ ਦੇ ਕਰਵਾਏ ਜਾ ਰਹੇ ਨੇ। ਬੱਚਿਆਂ ਦੇ ਜੋ ਕੰਪੀਟੀਸ਼ਨ ਸੀ ਉਹ ਤਕਰੀਬਨ ਸਮਾਪਤ ਹੋ ਚੁੱਕਾ ਹੈ। ਹੁਣ ਬੱਚਿਆਂ ਨੇ ਸ਼ਹਿਰ ਦੇ ਵਿੱਚ ਇੱਕ ਦਸਤਾਰਬੰਦੀ ਮਾਰਚ ਇੱਥੋਂ ਲੈ ਕੇ ਤੁਰਨਾ ਅਤੇ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਹੋ ਕੇ ਵਾਪਸ ਇਹ ਦਸਤਾਰਬੰਦੀ ਮਾਰਚ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਜੀ ਵਿਖੇ ਆ ਕੇ ਸਮਾਪਤ ਹੋਵੇਗਾ। ਉੱਥੇ ਬੱਚਿਆਂ ਨੂੰ, ਜਿਹੜੇ ਬੱਚੇ ਇਹ ਕੰਪੀਟੀਸ਼ਨ 'ਚ ਭਾਗ ਲੈ ਕੇ ਕੋਈ ਫਸਟ ਸੈਕਿੰਡ ਥਰਡ ਆਏ ਨੇ, ਉਹਨਾਂ ਬੱਚਿਆਂ ਨੂੰ ਵਾਜਬ ਇਨਾਮ ਔਰ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਣਾ। ਖਾਲਸੇ ਦੇ ਸਾਜਣਾ ਦਿਵਸ ਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਸੰਗਤ ਦੀ ਇਸ ਧਰਤੀ 'ਤੇ ਆਮਦ ਹੋ ਰਹੀ ਹੈ, ਔਰ ਕੱਲ੍ਹ ਨੂੰ ਖਾਲਸੇ ਦਾ ਸਾਜਣਾ ਦਿਵਸ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦਾ ਸਾਜਣਾ ਦਿਵਸ 13 ਅਤੇ 14 ਅਪ੍ਰੈਲ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਨਾਇਆ ਜਾ ਰਿਹਾ। ਇਸ ਦਿਨ ਉੱਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਜੋ ਫੈਸਲਾ ਕੀਤਾ ਸੀ ਅਤੇ ਜ਼ੁਲਮ ਦੇ ਖਿਲਾਫ ਇੱਕ ਬਹੁਤ ਵੱਡੇ ਸੰਘਰਸ਼ ਦਾ ਜਿਹੜਾ ਉਹ ਐਲਾਨ ਕੀਤਾ ਸੀ, ਮੈਂ ਇਸ ਮੌਕੇ ਉੱਤੇ ਸਮੁੱਚੇ ਵਿਸ਼ਵ 'ਚ ਵਸਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਮੈਂ ਆਸ ਕਰਦਾ ਕਿ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਬਹੁਤ ਹੀ ਸਾਨੂੰ ਨਿਵੇਕਲਾ ਰੂਪ ਪ੍ਰਦਾਨ ਕੀਤਾ ਅਤੇ ਬਹੁਤ ਵੱਡਾ ਉਹਨਾਂ ਨੇ ਇਸ ਦੇ ਲਈ ਜੱਦੋਜਹਿਦ, ਬੜੀ ਵੱਡਾ ਸੰਘਰਸ਼ ਉਹਨਾਂ ਨੇ ਕਰਕੇ ਖਾਲਸੇ ਦੀ ਜੋ ਖਾਲਸੇ ਦਾ ਮਾਣ ਅਤੇ ਸਨਮਾਨ ਦੁਨੀਆ ਵਿੱਚ ਕਾਇਮ ਕੀਤਾ, ਸਾਨੂੰ ਉਸ ਨੂੰ ਕਾਇਮ ਕਰਨ ਵਾਸਤੇ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਸਾਨੂੰ ਮਾਰਗ ਦਰਸਾਇਆ ਗਿਆ ਉਸ ਨੂੰ ਅਪਣਾਉਣ ਦੀ ਲੋੜ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਉਹ ਪਤਨਕੁਲੇ ਦਾ ਸ਼ਿਕਾਰ ਹੋ ਰਹੀ ਆ, ਨਸ਼ਿਆਂ ਦਾ ਸ਼ਿਕਾਰ ਹੋ ਰਹੀ ਆ, ਸਾਡੇ ਸਿੱਖ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਹੜੀਆਂ ਉਹ ਕੁਰੀਤੀਆਂ ਆ ਰਹੀਆਂ, ਅਸੀਂ ਆਪਣੇ ਗੁਰੂ ਤੋਂ ਬੇਮੁੱਖ ਹੋ ਕੇ ਛੋਟੇ ਛੋਟੇ ਸੁੱਖਾਂ ਦੀ ਖਾਤਰ, ਛੋਟੀਆਂ ਛੋਟੀਆਂ ਖੁਸ਼ੀਆਂ ਦੀ ਖਾਤਰ ਜੋ ਗੁਰੂ ਦੀਆਂ ਖੁਸ਼ੀਆਂ ਲੈਣ ਤੋਂ ਅਸੀਂ ਉਹ ਵਾਂਝੇ ਹੋ ਰਹੇ ਹਾਂ। ਸਾਨੂੰ ਲੋੜ ਆ ਕਿ ਇਸ ਖਾਲਸਾ ਸਾਜਣਾ ਦਿਵਸ ਦੇ ਮੌਕੇ 'ਤੇ ਅਸੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੇ ਸਪੁੱਤਰਾਂ, ਉਹਨਾਂ ਦੇ ਸਮੁੱਚੇ ਪਰਿਵਾਰ ਅਤੇ ਪਿਆਰੇ ਪਿਆਰੇ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਅਸੀਂ ਇਸ ਦਿਨ ਦੇ ਉੱਤੇ ਗੁਰੂ ਦੇ ਖਾਲਸੇ ਬਣਦਾ ਯਤਨ ਕਰਾਂਗੇ।